ਇਸ ਵਕਤ ਅਸੀਂ ਖੜੇ ਹਾਂ ਹਲਕਾ ਦਸੂਹਾ ਦੀ ਕੰਢੀ ਕਨਾਲ ਨਹਿਰ ਦੇ ਉੱਤੇ ਅਤੇ ਅੱਜ ਸਭ ਤੋਂ ਵੱਡੀ ਇੱਕ ਪ੍ਰਸ਼ਾਸਨ ਦੀ ਲਾਪਰਵਾਹੀ ਦਿਖਾਉਣ ਜਾ ਰਹੇ ਹਾਂ। ਸਭ ਤੋਂ ਪਹਿਲਾਂ ਕੈਮਰਾਮੈਨ ਨੂੰ ਕਹੂੰਗਾ ਤਸਵੀਰਾਂ ਦਿਖਾ ਦੇਣ। ਕੰਢੀ ਕਨਾਲ ਨਹਿਰ ਆ ਜੋ ਕਿ ਤਲਵਾੜੇ ਤੋਂ ਹੁਸ਼ਿਆਰਪੁਰ ਨੂੰ ਜਾਂਦੀ ਹੈ ਅਤੇ ਇਸ ਦੇ ਕਿਨਾਰੇ ਕਿਨਾਰੇ ਜੋ ਸੜਕ ਹੈ ਉਹ ਲਗਭਗ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ ਅਤੇ ਕਈ ਵੱਡੇ ਹਾਦਸੇ ਵੀ ਇਸ ਨਹਿਰ ਵਿੱਚ ਵਾਪਰ ਚੁੱਕੇ ਹੈ। ਆਏ ਦਿਨ ਕਾਰਾਂ ਡਿੱਗਣ ਦੀਆਂ ਵਾਰਦਾਤਾਂ ਹੋਈਆਂ ਜਿਸ ਵਿੱਚ ਕਈ ਲੋਕ ਆਪਣੀ ਜਾਨਾਂ ਵੀ ਗਵਾ ਚੁੱਕੇ ਨੇ, ਪਰ ਪ੍ਰਸ਼ਾਸਨ ਜਿਹੜਾ ਆ ਕੁੰਭਕਰਨੀ ਨੀਂਦ ਸੁੱਤਾ ਹੋਇਆ। ਅਤੇ ਉੱਥੇ ਹੀ ਦੂਜੇ ਪਾਸੇ ਦੱਸੀਏ ਕਿ ਇਹ ਜਿਹੜੀ ਸੜਕ ਆ ਇਹ ਤਲਵਾੜੇ ਤੱਕ ਜੇ ਆਪਾਂ ਗੱਲ ਕਰੀਏ ਤਾਂ ਜ਼ਿਆਦਾਤਰ ਇਸੇ ਤਰ੍ਹਾਂ ਜਿਹੜੀ ਸੜਕ ਦੇ ਬਿਲਕੁਲ ਕਿਨਾਰਾ ਜਿਹੜਾ ਆ ਉਹ ਪੂਰੀ ਤਰ੍ਹਾਂ ਟੁੱਟ ਚੁੱਕਿਆ ਆ। ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਬਿਲਕੁਲ ਭੁਰ ਚੁੱਕਿਆ ਅਤੇ ਬਿਲਕੁਲ ਹੀ ਨਜ਼ਦੀਕ ਨਹਿਰ ਹੈ ਅਤੇ ਹਾਲ ਫਿਲਹਾਲ ਨਹਿਰ ਵਿੱਚ ਪਾਣੀ ਤਾਂ ਬੰਦ ਆ, ਪਰ ਦੁਰਘਟਨਾਵਾਂ ਵਾਪਰਦੀਆਂ ਰਹਿੰਦੀਆਂ ਨੇ। ਜ਼ਿਕਰਯੋਗ ਗੱਲ ਇਹ ਹੈ ਕਿ ਇਸੇ ਸੜਕ ਤੋਂ ਆਏ ਦਿਨ ਸਕੂਲੀ ਬੱਚਿਆਂ ਦੀਆਂ ਕਈ ਵੱਡੀ ਗਿਣਤੀ ਵਿੱਚ ਬੱਸਾਂ ਵੀ ਲੰਘਦੀਆਂ ਨੇ, ਪਰ ਪ੍ਰਸ਼ਾਸਨ ਹਜੇ ਵੀ ਕੁੰਭਕਰਨੀ ਨੀਂਦ ਸੁੱਤਾ ਹੈ। ਦੱਸ ਦਈਏ ਕਿ ਜ਼ਿਕਰਯੋਗ ਗੱਲ ਇਹ ਵੀ ਹੈ ਕਿ ਸਥਾਨੀ ਲੋਕ ਜੋ ਰਾਹਗੀਰ ਨੇ ਪਿੰਡ ਵਾਸੀ ਨੇ ਉਹ ਕਈ ਵਾਰ ਪ੍ਰਸ਼ਾਸਨ ਅੱਗੇ ਇਸ ਸੜਕ ਨੂੰ ਰਿਪੇਅਰ ਕਰਨ ਦੀ ਮੰਗ ਵੀ ਕਰ ਚੁੱਕੇ ਨੇ ਅਤੇ ਖਾਸ ਕਰ ਸੇਫਟੀ ਵਾਲ ਦੀ ਮੰਗ ਕੀਤੀ ਜਾਂਦੀ ਹੈ ਕਿਉਂਕਿ ਜਦੋਂ ਦੋ ਸੜਕਾਂ ਦੋ ਕਾਰਾਂ ਜਿਹੜੀਆਂ ਆਪਸ ਵਿੱਚ ਕ੍ਰੋਸ ਹੁੰਦੀਆਂ ਗੱਡੀਆਂ ਅਤੇ ਇੱਕ ਗੱਡੀ ਜਿਹੜੀ ਆ ਉਸ ਦਾ ਬਿਲਕੁਲ ਜੋ ਸੜਕ ਦੇ ਕਿਨਾਰੇ ਹੁੰਦੀ ਉਸਦਾ ਡਰ ਹੁੰਦਾ ਕਿ ਕਿਸੇ ਵਕਤ ਵੀ ਉਹ ਨਹਿਰ 'ਚ ਗਿਰ ਜਾ ਸਕਦੀ ਹੈ। ਇਸ ਕਰਕੇ ਸਥਾਨੀ ਲੋਕਾਂ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਨੂੰ ਜਲਦ ਤੋਂ ਜਲਦ ਇਸ ਨਹਿਰ ਦੀ ਮੁਰੰਮਤ ਕਰਾਉਣੀ ਚਾਹੀਦੀ ਹੈ ਤਾਂ ਕਿ ਕੋਈ ਵੱਡਾ ਹਾਦਸਾ ਨਾ ਵਾਪਰ ਜਾਵੇ। ਅਤੇ ਜਿਹੜੀ ਕੰਡੀਸ਼ਨ ਹੈਗੀ ਹੈ ਸਾਡੇ ਰੋਡ ਦੀ ਦਤਾਰਪੁਰ ਤੋਂ ਲੈ ਕੇ ਟਿੱਲੇ ਤੱਕ ਬਹੁਤ ਹੀ ਡੇਂਜਰਸ ਹੈਗੀ ਹੈ। ਇੱਥੇ ਬਹੁਤ ਜ਼ਿਆਦਾ ਕੈਜੂਅਲਟੀਜ਼ ਹੋਈਆਂ ਹਨ, ਕਈ ਕਾਰਾਂ ਜਿਹੜੀਆਂ ਹੈਗੀਆਂ ਨੇ ਇਸ ਨਹਿਰ ਦੇ ਵਿੱਚ ਗਈਆਂ, ਜਿਹੜਾ ਕਿ ਸਹਿਯੋਗ ਸਾਡੇ ਪਿੰਡਾਂ ਦੇ ਬੰਦਿਆਂ ਨੇ ਸਹਿਯੋਗ ਦੇ ਨਾਲ ਉਹਨਾਂ ਨੂੰ ਨਿਕਾਲਿਆ ਗਿਆ। ਪ੍ਰਸ਼ਾਸਨ ਵੱਲੋਂ ਕੋਈ ਵੀ ਮਦਦ ਇੱਥੇ ਨਹੀਂ ਹੈ ਨੇੜੇ ਤੇੜੇ, ਨਾ ਤਾਂ ਤਲਵਾੜੇ ਕੋਈ ਹੈਗਾ, ਨਾ ਕੋਈ ਦਸੂਹੇ ਹੈ, ਨਾ ਕੋਈ ਇਦਾਂ ਦਾ ਸਿਸਟਮ ਹੈ ਕਿ ਡੁੱਬੀ ਹੋਈ ਕਾਰ ਨੂੰ ਕੋਈ ਨਿਕਾਲ ਸਕੇ। ਪਿਛਲੇ ਸਾਲ ਸਾਡੇ ਇੱਥੇ ਸਾਹਮਣੇ ਇੱਕ ਕੁੜੀ ਹੈ ਬੈਗੋਵਾਲ ਦੀ, ਜਿਹੜੀ ਕਿ ਇੱਥੇ ਸਾਡੇ ਸਾਹਮਣੇ ਉਹਦੀ ਡੈਥ ਹੋਈ, ਅਸੀਂ ਕੁਛ ਨਹੀਂ ਕਰ ਸਕੇ। ਗੁੱਜਰ ਭਰਾਵਾਂ ਨੇ ਬੜੀ ਮਦਦ ਕੀਤੀ ਲੇਕਿਨ ਉਹ ਵੀ ਉਹਦੀ ਵਿਚਾਰੀ ਜਵਾਨ ਕੁੜੀ ਸਾਡੇ ਸਾਹਮਣੇ ਚਲੇ ਗਈ। ਉਸ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੇ ਡੰਗਰ ਜਿਹੜੇ ਹੈਗੇ ਨੇ ਪੈਂਦੇ ਨੇ ਸਾਡੇ ਜਿਹੜੇ ਕੰਢੀ ਏਰੀਏ ਦੇ ਲੋਕ ਹੈਗੇ ਨਾ ਆਪਣੀ ਦਿਆਲਤਾ ਕਰਕੇ ਇਹ ਉਹਨਾਂ ਨੂੰ ਨਿਕਾਲਦੇ ਆ ਵਿਚਾਰੇ ਬੇਜਾਨ ਜਿਹੜੇ ਹੈਗੇ ਨਾ। ਅਤੇ ਮੈਂ ਇਹੀ ਗੁਜ਼ਾਰਿਸ਼ ਕਰਦਾ ਆਪਣੇ ਪ੍ਰਸ਼ਾਸਨ ਨੂੰ ਅਤੇ ਸਾਰੇ ਮਹਿਕਮਿਆਂ ਨੂੰ, ਖਾਸ ਤੌਰ ਪਰ ਆਪਣੇ CM ਸਰ। ਕਿਨਾਰਾ ਹੈਗਾ ਜੀ, ਅੱਗੋਂ ਕੋਈ ਬੱਸ ਆ ਜਾਏ ਜਿੱਦਾਂ, ਜਾਂ ਕੋਈ ਛੋਟੀ ਗੱਡੀ ਆ ਜਾਏ, ਵੱਡੀ ਗੱਡੀ ਆ ਜਾਏ, ਸਾਨੂੰ ਸਾਈਡ ਦੇ ਵਿੱਚ ਬਹੁਤ ਵੱਡੀ ਦਿੱਕਤ ਹੁੰਦੀ ਹੈ ਜੀ। ਡਰ ਹਮੇਸ਼ਾ ਇਹੀ ਲੱਗਾ ਰਹਿੰਦਾ ਕਿ ਕਦੀ ਟਾਇਰ ਨਾ ਥੱਲੇ ਉੱਤਰ ਜਾਏ, ਕੁਛ ਨਾ ਹੋ ਜਾਏ। ਸਰਕਾਰ ਨੂੰ ਜੀ ਇਹੀ ਚਾਹੀਦਾ ਵੱਧ ਤੋਂ ਵੱਧ ਕਿ ਇਹ ਜਿਹੜਾ ਕਿਨਾਰਾ ਨਹਿਰ ਦਾ ਇਹਨੂੰ ਵੱਧ ਤੋਂ ਵੱਧ ਠੀਕ ਕੀਤਾ ਜਾਏ। ਜ਼ਿਆਦਾ ਭਾਅ ਜੀ ਇੱਥੇ ਐਕਸੀਡੈਂਟ ਇੰਨੇ ਹੁੰਦੇ ਆ, ਹੱਦ ਨਾਲ ਜ਼ਿਆਦਾ ਹੁੰਦੇ। ਹਾਲੇ 15-20 ਦਿਨ ਪਹਿਲਾਂ ਦੀ ਗੱਲ ਹੈ ਜੀ, ਉਹ ਸਾਡੇ ਅੱਗੇ ਨਹਿਰ ਆ, ਉੱਥੇ ਇੱਕ ਸਵਿਫਟ ਗੱਡੀ ਸੀ, ਉਹ ਪੂਰੀ ਪੂਰੀ ਨਹਿਰ 'ਚ ਪਈ ਹੈ। 3-4 ਦਿਨ ਪਹਿਲਾਂ ਵੀ ਬੜੇ ਐਕਸੀਡੈਂਟ ਹੁੰਦੇ ਆ ਜੀ ਇੱਥੇ, ਅਤੇ ਸਰਕਾਰ ਨੂੰ ਇਹੀ ਚਾਹੀਦਾ ਵੱਧ ਤੋਂ ਵੱਧ ਇੱਥੇ ਰੋਡ ਬਣਾਵੇ,